ਤੁਹਾਡੇ ਹਿਸਾਬ ਦੇ ਨਾਲ ਸਹੀ ਢੰਗ ਕੀ ਹੈ ਚਾਹ ਨੂੰ ਬਣਾਉਣ ਦਾ ਜਦੋਂ ਤੁਸੀਂ ਓਵਰ ਗਲੂਟ ਚਾਹ ਪੀਂਦੇ ਹੋ ਨਾ ਤੇ ਇਹ ਤੁਹਾਡੇ ਜਿਸਮ ਚ ਪ੍ਰੋਟੀਨ ਜਿੰਨੀ ਹੈ ਨਾ ਉਹਨੂੰ ਬਲੌਕ ਕਰ ਦਿੰਦਾ ਚਾਹ ਐਂਟੀ ਐਜੀ ਚਾਹ ਐਂਟੀ ਐਕਨੀ ਅਗਲੀ ਰੀ ਹੁਣ ਤੁਸੀਂ ਸਾਡੇ ਲਈ ਉਹ ਚਾਹ ਲੈ ਕੇ ਆਉਣੀ ਹੈ ਜਿਹੜੀ ਅੱਜ ਤੁਸੀਂ ਸਾਨੂੰ ਦੱਸ ਕੇ ਚਲੇ ਹੋ ਉਹਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਿੱਗੀ ਜੀ ਆਨ ਨੂੰ ਤੇ ਬਹੁਤ ਸਵਾਗਤ ਮੈਂ ਜੋਗਰਾਜ ਸਿੰਘ ਕਾਲੋਂ ਪ੍ਰੋਗਰਾਮ ਪ੍ਰਾਈਮ ਹੈਲਥ ਲੈ ਕੇ ਪ੍ਰਾਈਮ ਇਸ਼ੀਆ ਟੈਲੀਵਿਜ਼ਨ ਦੇ ਉੱਤੇ ਤੁਹਾਡੋਂ ਸਾਰਿਆਂ ਨੂੰ ਨਿੱਗੀ ਜੀ ਆਨ ਨੂੰ ਆਖਦਾ ਤੇ ਸਾਡੇ ਨਾਲ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਇਸ ਹਫਤਾਵਰੀ ਪ੍ਰੋਗਰਾਮ ਦੇ ਵਿੱਚ ਡਾਕਟਰ ਮਰਤਜ਼ਾ ਨੇ ਡਾਕਟਰ ਸਾਹਿਬ ਜੀ ਆਨ ਨੂੰ ਸਤਿ ਸ਼੍ਰੀ ਅਕਾਲ ਤੇ ਕੀ ਹਾਲ ਚਾਲ ਹੈ ਵਧੀਆ ਜੀ ਥੈਂਕ ਯੂ ਵੈਰੀ ਮਚ ਬੁਲੰਦਾ ਸ਼ੁਕਰੀਆ ਤੁਹਾਡਾ ਕੀ ਹਾਲ ਹੈ ਮੈਂ ਤਾਂ ਠੀਕ ਹਾਂ ਬਹੁਤ ਵਧੀਆ ਡਾਕਟਰ ਸਾਹਿਬ ਬਹੁਤ ਵਧੀਆ ਅਸੀਂ ਮੈਂ ਪਹਿਲਾਂ ਉਹ ਮਾੜੀ ਜੀ ਪ੍ਰੋਗਰਾਮ ਸ਼ੁਰੂ ਹੋਣ ਤੋਂ 5 ਮਿੰਟ ਪਹਿਲਾਂ ਵਾਲੀ ਗੱਲ ਤੋਂ ਸ਼ੁਰੂ ਕਰਾਂ ਕਰੋ ਉਹ ਇਦਾਂ ਸ਼ੁਰੂ ਕਰਨੀ ਪਈ ਅੱਜ ਅਸੀਂ ਪ੍ਰੋਗਰਾਮ ਤੇ ਕਿਸੇ ਹੋਰ ਹੈਲਥ ਟਾਪਿਕ ਦੇ ਉੱਤੇ ਕਰਨਾ ਸੋਚਿਆ ਸੀ ਪਰ ਫਿਰ ਅਸੀਂ ਗੱਲ ਕਰਦੇ ਕਰਦੇ ਜਿਉਂ ਗੱਲ ਵਿਚਾਰੀ ਅਸੀਂ ਚਾਹ ਪੀਂਦੇ ਸੀ ਨਾ ਨਾਲ ਨਾਲ ਚੁਸਕੀਆਂ ਭਰਦੇ ਵੀ ਅੱਜ ਕਿਉਂ ਨਾ ਚਾਹ ਤੇ ਪ੍ਰੋਗਰਾਮ ਕਰੀਏ ਹਾਂ ਕਿਉਂਕਿ ਰੋਜ਼ ਪੀਂਦੀ ਆ ਦੋ ਵਾਰੀ ਪੀਂਦੀ ਆ ਤਿੰਨ ਵਾਰੀ ਵੀ ਲੋਕ ਪੀਂਦੇ ਨੇ ਹੁਣ ਚਾਹ ਇੰਨਾ ਜ਼ਰੂਰੀ ਹਿੱਸਾ ਹੈ ਇੱਕ ਸਾਡੇ ਰੋਜ਼ ਦੀ ਰੁਟੀਨ ਦਾ ਪਰ ਫਿਰ ਜਿਵੇਂ ਅਸੀਂ ਗੱਲ ਕਰਦੇ ਸੀ ਕਿ ਵੀ ਇਹਨੂੰ ਸਹੀ ਢੰਗ ਤਰੀਕਾ ਹੀ ਨਹੀਂ ਪੀਣ ਦਾ ਸਾਨੂੰ ਆਉਂਦਾ ਸਾਨੂੰ ਚਾਜ ਹੀ ਨਾ ਆਉਂਦਾ ਕਹਿੰਦੇ ਨਾ ਵੀ ਜੇ ਤੈਨੂੰ ਮੰਗਣਾ ਨਾ ਆਵੇ ਪੀਣਾ ਨਾ ਆਏ ਤੇ ਚਾਹ ਵੀ ਕੀ ਕਰੇ ਮੰਗਣਾ ਨਾ ਆਏ ਤੇ ਫਕੀਰ ਕੀ ਕਰੇ ਸੋ ਉਹ ਉਹ ਢੰਗ ਤਰੀਕਾ ਉਹਨੂੰ ਬਣਾਉਣ ਦਾ ਫਿਰ ਉਹਨੂੰ ਪੀਣ ਦਾ ਉਹ ਅਸੀਂ ਹੋਰ ਹੀ ਬਣਾ ਬੈਠਿਆ ਚਾਹ ਨੂੰ ਤੇ ਅੱਜ ਸਹੀ ਢੰਗ ਤਰੀਕਾ ਦੱਸਣਾ ਕਿਉਂਕਿ ਬੜੀਆਂ ਬਹੁਤ ਸਾਰੀਆਂ ਬੜੀਆਂ ਬਿਮਾਰੀਆਂ ਨੇ ਜਿਹੜੀਆਂ ਚਾਹ ਵੀ ਸ਼ੁਰੂ ਕਰਦੀ ਹੈ ਹਾਂ ਅਸੀਂ ਕਈ ਇਹਦੀ ਕਿੰਨਾ ਐਸਿਡ ਬੰਦਾ ਚਾਹ ਦੇ ਨਾਲ ਚਾਹ ਨੂੰ ਰਿੰਨ ਰਿੰਨ ਕੇ ਕਮਲੇ ਕਰਦੀ ਦਾ ਪਤੀਲੇ ਦੇ ਉੱਤੇ ਸੜਦੀ ਭਿਜਦੀ ਰਹਦੀ ਹੈ ਇਹਦੇ ਫਿਰ ਉਹਨੂੰ ਅੰਦਰ ਸੁੱਟ ਲਈਦਾ ਨਾ ਸੋ ਇਹ ਸਹੀ ਢੰਗ ਤਰੀਕਾ ਡਾਕਟਰ ਸਾਹਿਬ ਚਾਹ ਪੀਣ ਦਾ ਕੀ ਹੈ ਅੱਜ ਚਾਹਲੇ ਪਾਸਿਓਂ ਸ਼ੁਰੂ ਕਰਨਾ ਪੰਗਾਮ ਉਹ ਕਹਿੰਦੇ ਨੇ ਖاموش ਦੇ ਲੋਕੀ ਸਦਾ ਹੁੰਦੀ ਹੈ ਮੈਂ ਕੀ ਬਤਾऊं ਚਾਹ ਕਿਆ ਹੋਤੀ ਓਹੋ ਕੀ ਹੋਵਤਾ ਹੈ ਇਹ ਚਾਹ ਜਿਹੜੀ ਹੈ ਨਾ ਤੋਂ ੜੀ ਗੱਲ ਤੋਂ ਸ਼ੁਰੂ ਕਰਦੇ ਆਂ ਕਹਿੰਦੇ ਕਿਤਨੀ ਪਿਆਰੀ ਬਾਤਾਂ ਉਸਕੀ ਹਮ ਸਰਦ ਹਵਾ ਮੇ ਚਾਹ ਜੈਸੀ ਓਹੋ ਤੀ ਤੇ ਚਾਹ ਦੇ ਤਗੜੇ ਫੈਨ ਹਾਂ ਮੈਂ ਦੱਸਦਾ ਵੀ ਡਾਕਟਰ ਸਾਹਿਬ ਰੋਜ਼ ਸਰਦਲੀ ਚਾਹ ਲੈ ਕੇ ਹੁੰਦੇ ਨੇ ਨਾਲ ਪੀਂਦੇ ਵੀ ਇਹਦੇ ਨਾਲ ਪਿਉਂਦੇ ਵੀ ਨੇ ਸੋ ਅੱਜ ਚਾਹ ਦੇ ਆਫੈਨਾਂ ਕੋਲੋਂ ਚਾਹ ਦੀਆਂ ਗੱਲਾਂ ਸੁਣਨੀਆਂ ਨੇ ਆਪਾਂ ਕਹਿੰਦੇ ਉਹਦੇ ਅੱਗੇ ਬਹਿ ਕੇ ਪੀਤੇ ਹੂੰ ਜਿਵੇਂ ਤੁਸੀਂ ਤੇ ਮੈਂ ਪੀ ਰਹੇ ਬੈਠੇ ਅੱਛਾ ਉਹਦੇ ਅੱਗੇ ਬਹਿ ਕੇ ਪੀਤੀ ਚਾਹ ਦੇ ਅੰਦਰ ਰਸ ਨਾ ਜਾਵੇ ਐਡਾ ਛੋਟਾ ਕੱਪ ਦੇ ਦਿੱਤਾ ਚਾਹ ਮੁੱਕ ਗਈ ਪਰ ਚਸ ਨਾ ਜਾਵੇ ਇਹਨੂੰ ਥੋੜਾ ਕੱਪ ਮੁੱਕ ਕੇ ਐਡਾ ਛੋਟਾ ਕੱਪ ਵੀ ਆਪਾਂ ਭਰਦੇ ਨੇ ਹੋਰ ਵਾਕਈ ਚਾਹ ਐਸੀ ਗੱਲ ਆ ਵੀ ਅਸੀਂ ਤੇ ਡਾਕਟਰ ਸਾਹਿਬ ਸਿਰਦਰਦ ਹੋ ਰਹੀ ਐ ਇਹਦੇ ਚਾਹ ਪੀ ਲੋ ਚਾਹ ਪੀ ਲੋ ਕੁਝ ਨਹੀਂ ਖਾਦਾ ਚਾਹ ਪੀ ਲੋ ਘਰੋਂ ਚੱਲੇ ਹੋ ਚਾਹ ਪੀ ਗਏਓ ਸਪਾਉਰ 12ਵਾਂ ਆਇਓ 12ਵਾਂ ਆਇਓ ਪਹਿਲਾਂ ਚਾਹ ਪੀ ਲੋ ਹਨਾ ਸਾਡੀ ਤੇ ਚਾਹ ਇੱਕ ਹੋਰ ਹੀ ਤਰੀਕੇ ਨਾਲ ਆ ਨਾ ਚਾਹ ਤੇ ਇੱਕ ਮਤਲਬ ਖਾਣ ਪੀਣ ਵਾਲੀ ਚੀਜ਼ ਨਹੀਂ ਰਹੀ ਇਹ ਇੱਕ ਤੇ ਇੱਕ इमोਸ਼ਨ ਬਣ ਗਿਆ ਨਾ ਇਹ ਤੇ ਜਜ਼ਬਾਤ ਬਣ ਗਿਆ ਪਰ ਤੁਹਾਡੇ ਸਾਹ ਦੇ ਨਾਲ ਸਹੀ ਢੰਗ ਕੀ ਹੈ ਚਾਹ ਨੂੰ ਬਣਾਉਣ ਦਾ ਪਹਿਲਾਂ ਉਧਰੋਂ ਸ਼ੁਰੂ ਕਰੀਏ ਪੀਣ ਵਾਲੀ ਗੱਲ ਤੇ ਬਾਅਦ ਵਿੱਚ ਲੈ ਕੇ ਆਉਂਦੇ ਹਾਂ ਚਾਹ ਜਿਹੜੀ ਹੈ ਨਾ ਇਹ ਇੱਕ ਪਲਾਂਟ ਹੈ ਜਿਹਨੂੰ ਇੱਥੇ ਆਪਣੇ ਟੀ ਟਰੀ ਵੀ ਕਹਿੰਦੇ ਨੇ ਟੀ ਸ਼ਰਬ ਵੀ ਕਹਿੰਦੇ ਨੇ ਟੀ ਪਲਾਂਟ ਵੀ ਕਹਿੰਦੇ ਨੇ ਲੇਕਿਨ ਇਹਦਾ ਐਕਚੁਅਲ ਜਿਹੜਾ ਪਲਾਂਟ ਦਾ ਨਾਮ ਹੈ ਉਹ ਕੈਮੀਲੀਆ ਸੈਨਸਿਸ ਹੈ। ਠੀ ਕੈਮੀਲੀਆ ਸੈਨਸਿਸ ਕੈਮੀਲੀਆ ਇੱਕ ਵੈਸੇ ਜਾਪਾਨੀ ਫੁੱਲ ਵੀ ਹੈ ਲੇਕਿਨ ਉਹ ਕੈਮੀਲੀਆ ਹੋਰ ਪਲਾਂਟ ਹੈ। ਇਹ ਕੈਮੀਲੀਆ ਸੈਨਸਿਸ ਜਿਹੜਾ ਹੈ ਇਹ ਟੀ ਪਲਾਂਟ ਹੈ। ਇਹਨੂੰ ਟੀ ਸ਼ਰਬ ਜਾਂ ਟੀ ਟਰੀ ਵੀ ਕਹਿੰਦੇ ਨੇ। ਇਹਦੀਆਂ ਤੁਹਾਨੂੰ ਪਤਾ ਦੁਨੀਆ 'ਚ ਕਿੰਨੀਆਂ ਕਿਸਮਾਂ ਨੇ? 380 ਚਾਹ ਦੇ ਪਲਾਂਟ ਦੀਆਂ। ਅੱਛਾ ਕੈਮੀਲੀਆ ਸੈਨਸਿਸ ਜਿਹੜਾ ਇਹ ਪੱਤੇ ਨਾ ਇਹ ਉਹਦੇ ਪੱਤੇ ਨੂੰ ਚਾਹ ਆਪਾਂ ਕਹਿੰਦੇ ਆ ਉਹਦੇ ਪੱਤਿਆਂ ਤੋਂ ਚਾਹ ਬਣਦੀ ਅੱਗੇ ਕਮੀਲੀਆ ਸਿਨਿਸਿਸ ਦੀਆਂ 380 ਵੈਰਾਈਟੀਆਂ ਨੇ ਦੁਨੀਆ 'ਚ ਉਬਲੂ ਔਰ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਇਹਦੀਆਂ 260 ਵੈਰਾਈਟੀਆਂ ਸਿਰਫ ਚਾਈਨਾ ਦੇ ਇੱਕ ਸੂਬੇ 'ਚ ਪਾਈਆਂ ਜਾਂਦੀਆਂ ਇੱਕ ਪ੍ਰੋਵਿੰਸ ਮਤਲਬ ਚਾਹ ਦੀ ਹੁੰਦ ਜਿਹੜੀ ਆ ਉਹ ਚਾਈਨਾ ਤੋਂ ਸ਼ੁਰੂ ਹੋਈ ਫਿਰ ਸ਼ੁਰੂ ਚਾਈਨਾ ਤੋਂ ਨਹੀਂ ਕਹਿ ਸਕਦਾ ਤੁਸੀਂ ਹੋਰ ਵੀ ਦੁਨੀਆ ਚ 120 ਕਿਸਮਾਂ ਦੀਆਂ ਪਾਈਆਂ ਜਾਂਦੀਆਂ ਨੇ ਲੇਕਿਨ ਚਾਈਨਾ ਦਾ ਇੱਕ ਪ੍ਰੋਵੈਂਸਾ ਜਿਹਦਾ ਨਾਮ ਹੈ ਯੂਨਾਨ ਓਕੇ ਉਹ ਯੂਨਾਨ ਚ 260 ਕਿਸਮਾਂ ਪਾਈਆਂ ਜਾਂਦੀਆਂ ਕੱਲੇ ਚਾਈਨਾ ਚ ਔਰ ਉਹਦੀ ਜਿਹੜੀ ਵੈਰਾਈਟੀ ਹੈ ਉਹ ਪੀਨਲ ਤਲਕ ਰੱਖਦੀ ਹੈ ਤੁਸੀਂ ਤਾਂ ਹਲੇ ਤੱਕ ਸੁਣਿਆ ਹੋਣਾ ਨਾ ਚਾਹੇ ਅਸਾਮ ਦੀ ਚਾਹੇ ਹਾਂ 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 ਤੇ ਸਿਲੌਨ ਦੀ ਚਾਹੇ শ্রীলੰਕਾ ਦੀ ਤੇ ਥਾਈਲੈਂਡ ਦੀ ਚਾਹੇ ਤੁਸੀਂ ਤੇ ਇਹੀ ਸੁਣੀਆ ਹੋਣੀ ਆ ਇਹ ਸਭ ਤੋਂ ਜ਼ਿਆਦਾ ਚਾਹੇ ਚਾਈਨਾ ਚ ਪਾਈ ਜਾਂਦੀ ਹੈ ਅੱਛਾ ਤਨ ਪਤਾ ਨਹੀਂ ਬੰਦਾ ਦੀ ਵੀ ਜਦੋਂ ਫਿਰ ਚਾਹ ਵੀ ਉਹਨਾਂ ਨੂੰ ਜ਼ਿਆਦਾ ਹੀ ਚਾਹੀਦੀ ਹੈ। ਇਹਦਾ yograj ji ਜਿਹੜਾ ਚਾਹ ਦਾ ਸਭ ਤੋਂ ਬੁਰਾ ਇਫੈਕਟ ਹੈ ਨਾ ਉਹ ਇਹ ਹੈ ਕਿ ਜਦੋਂ ਤੁਸੀਂ ਚਾਹ ਨੂੰ ਕੰਪਾਉਂਡ ਕਰ ਲੈਂਦੇ ਹੋ ਨਾ ਚਾਹ ਨੂੰ ਕੰਪਾਉਂਡ ਬਣਾ ਲੈਂਦੇ ਹੋ ਜਿਵੇਂ ਆਪਾਂ ਪੀਨੇ ਚਾਹ ਜਿਹਨੂੰ ਦੁੱਧ ਪੱਤੇ ਕਹਿੰਦੇ ਆ ਕੰਪਾਉਂਡ ਮਤਲਬ ਕੰਪਾਉਂਡ ਮੈਨ ਦੁੱਧ ਤੇ ਪੱਤੀ ਤੇ ਚੀਨੀ ਇਹਨਾਂ ਨੂੰ ਮਿਕਸਚਰ ਹੈ ਦਾ ਇਹਨੂੰ ਜਦੋਂ ਕੰਪਾਉਂਡ ਕਰਕੇ ਤੇ ਤੁਸੀਂ ਇਹਨੂੰ ਰਗੜਦੇ ਹੋ ਨਾ ਅਗਤੇ ਅੱਛਾ ਇਹਨੂੰ ਪਕਾਉਂਦੇ ਹੋ ਤੇ ਇਹ ਕੁਛ ਕੈਮੀਕਲਸ ਪ੍ਰੋਡਿਊਸ ਕਰਦੀ ਹੈ ਜਿਹੜੀ ਅਸੀਂ ਕਹਿੰਦੇ ਵੀ ਚੰਗੀ ਤਰ੍ਹਾਂ ਰਿੰਨ ਕੇ ਬਣਾਉਣਾ ਚਾਹ ਜਿਹਨੂੰ ਦੁੱਧ ਪੱਤੇ ਕਿ ਜਿਹੜੇ ਜਿਹੜੋਂ ਐ ਉਬਾਲੇ ਮਾਰਦੀ ਹੈ ਪੂਰੀ ਅੱਛਾ ਜਿਹਨੂੰ ਆਪਾਂ ਕੜਕ ਚਾਹ ਕਹਿੰਦੇ ਆ ਜਿਹਨੂੰ ਆਪਾਂ ਡਰਾਈਵਰ ਚਾਹ ਕਹਿੰਦੇ ਆ ਇਹ ਉਹ ਜਦੋਂ ਤੁਸੀਂ ਇਹਨੂੰ ਕੰਪਾਉਂਡ ਇਹਨੂੰ ਕਹਿੰਦੇ ਨੇ ਓਵਰਗਲੋਡ ਚਾਹ ਜਦੋਂ ਤੁਸੀਂ ਓਵਰਗਲੋਡ ਚਾਹ ਪੀਂਦੇ ਹੋ ਨਾ ਤੇ ਇਹ ਤੁਹਾਡੇ ਜਿਸਮ ਚ ਪ੍ਰੋਟੀਨ ਜਿੰਨੀ ਆ ਨਾ ਉਹਨੂੰ ਬਲੌਕ ਕਰ ਦਿੰਦੀ ਅੱਛਾ ਤੁਹਾਡੇ ਜਿਸਮ ਚ ਜਿਹੜਾ ਆਇਰਨ ਬਣ ਰਿਹਾ ਉਹਨੂੰ ਬਲੌਕ ਕਰ ਦਿੰ ਤੋ ਤੁਹਾਨੂੰ ਯਾਦ ਆਏਗਾ ਪਰ ਦੱਸਿਆ ਸੀਗਾ ਕਿ ਆਇਰਨ ਹੋਰ ਪ੍ਰੋਟੀਨ ਦਾ ਇੰਬੈਲੈਂਸ ਕੀ ਹੁੰਦਾ ਹੈ ਯੂਰਿਕ ਐਸਿਡ ਯੂਰਿਕ ਐਸਿਡ ਠੀਕ ਹੈ। ਉਹ ਯੂਰਿਕ ਐਸਿਡ ਮਾਦਰ ਆਫ ਡਿਜ਼ੀਜ਼ਸ ਹੈ। ਉਹ ਤੋਂ ਅੱਗੇ ਬਹੁਤ ਸਾਰੀਆਂ ਡਿਜ਼ੀਜ਼ਸ ਅੱਗੇ ਚੱਲਦੀਆਂ ਨੇ। ਓਕੇ। ਜਦੋਂ ਆਇਰਨ ਹੋਰ ਪ੍ਰੋਟੀਨ ਬਲੌਕ ਹੋ ਗਿਆ ਤੁਹਾਡੇ ਜਿਸਮ 'ਚ ਪ੍ਰੋਟੀਨ ਬਨਣਾ ਹੀ ਬੰਦ ਹੋ ਗਿਆ। ਅਗਰ ਬਨ ਰਿਹਾ ਤੋ ਉਹਨੂੰ ਬਲੌਕ ਕਰਦੀ ਹੈ ਜਿਸਮ ਦਾ ਹਿੱਸਾ ਨਹੀਂ ਬਣਨ ਦੇ ਰਹੀ। ਤੇ ਤੁਹਾਨੂੰ ਕਮਜ਼ੋਰੀ ਹੋਣਾ ਸ਼ੁਰੂ ਹੋ ਜਾਏਗੀ। ਸਲੋਲੀ ਸਲੋਲੀ ਤੁਹਾਡਾ ਜ਼ਿੰਕ ਬਲੌਕ ਹੋਣਾ ਸ਼ੁਰੂ ਹੋ ਜਾਏਗਾ। ਕੈਲਸ਼ੀਅਮ ਬਲੌਕ ਹਣਾ ਚੁਰੂਜਾ ਕੈਲਸ਼ੀਅਮ ਔਰ ਜ਼ਿੰਕ ਜਦੋਂ ਬਲੌਕ ਹੁੰਦਾ ਉਦੋਂ ਇੱਕ ਹੱਡੀਆਂ ਦੀ ਮਰਜ਼ ਲੱਗਦੀ ਹੈ ਜਿਹਨੂੰ ਕਹਿੰਦੇ ਨੇ ਆਸਟਿਓਪ੍ਰੋਸਸ ਹਮ ਆਸਟਿਓਪ੍ਰੋਸਸ ਇਹ ਡਿਜ਼ੀਜ਼ ਹੈ ਕਿ ਤੁਸੀਂ ਸਮਝ ਲਓ ਹੱਡੀਆਂ ਤੁਹਾਡੀਆਂ ਖੋਖਲੀਆਂ ਹੋ ਗਈਆਂ ਉਹਦੇ ਚੋਂ ਜ਼ਿੰਕ ਔਰ ਕੈਲਸ਼ੀਅਮ ਨਿਕਲ ਗਿਆ ਵਿਟਾਮਿਨ ਡੀ ਘਟ ਗਿਆ ਤੁਹਾਡਾ ਆਇਰਨ ਘਟ ਗਿਆ ਹੱਡੀਆਂ ਚੋਂ ਤੇ ਤੁਹਾਨੂੰ ਹੱਡੀਆਂ ਦੇ ਮਰਜ਼ ਸ਼ੁਰੂ ਹੋਣੇ ਸ਼ੁਰੂ ਹੋ ਜਾਣਗੇ ਫਿਰ ਜਦੋਂ ਆਸਟਿਓਪ੍ਰੋਸੈਸ ਹੋ ਜਾਏ ਫਿਰ ਕਦੇ ਕਦੇ ਆਸਟਿਓਆਰਥਰਾਈਟਸ ਵੀ ਹੋ ਜਾਂਦਾ ਜੋੜਾਂ ਦੀ ਮਰਜ਼ੀ ਲੱਗ ਜਾਂਦੀ ਹੈ ਮਨ ਕਿੱਡੀ ਨੁਕਸਾਨ ਦੀ ਗੱਲ ਹੈ ਕਿ ਅਸੀਂ ਉਹ ਚੀਜ਼ ਜਿਹੜੀ ਇੰਨੀ ਕੀਮਤੀ ਚੀਜ਼ ਆ ਜਿਹਦੇ ਇੰਨਾ ਮਜ਼ਾ ਆਂਦਾ ਪੀਣ ਦਾ ਉਹਨੂੰ ਅਸੀਂ ਕੰਪਾਊਂਡ ਕਰਕੇ ਪੀਂਦੇ ਉਹ ਸਿਰਫ ਇੱਕ ਮਤਲਬ ਸਾਡਾ ਬਣਾਉਣ ਦਾ ਢੰਗ ਕਿਉਂਕਿ ਦੇਖਣ ਵਾਲੀ ਤੇ ਇਹ ਵੀ ਹੁਣ ਕਹਿਣਗੇ ਨਾ ਵੀ ਸਾਡੇ ਬਜ਼ੁਰਗ ਤਿੰਨ ਤਿੰਨ ਵਾਰੀ ਚਾਹਾਂ ਪੀਂਦੇ ਰਹੀ 100 100 ਸਾਲੋਂ ਰਮੀ ਭੋਗਿਆ ਉਹਨਾਂ ਨੂੰ ਤੇ ਕੁਝ ਨਹੀਂ ਹੋਇਆ ਆ ਕਿਨਾਂ ਨੂੰ ਹੁੰਦੀਆਂ ਬਿਮਾਰੀਆਂ ਇਮੈਂ ਮੈਂ ਇਹ ਦੱਸਣਾ ਕਰਨਾ ਜਿਹੜੇ ਓਵਰ ਗਲੂਟ ਚਾ ਪੀਂਦੇ ਇੱਕ ਔਰ ਦੂਸਰਾ ਜਿਹੜੇ ਖਾਣੇ ਤੋਂ ਫੋਰਮ ਬਾਅਦ ਚਾ ਪੀਂਦੇ ਅੱਛਾ ਖਾਣਾ ਖਾ ਕੇ ਚਾ ਪੀਣਾ ਖਾਣੇ ਦੀ એનર્ਜੀ ਨੂੰ ਫੁੱਲ ਸਟਾਪ ਲਾਣਾ ਸਾਡੇ ਘਰਾਂ ਇਤਿਮਰਵਾਜ ਆਮ ਰਵਾਜ ਹੈ ਜੋ ਰੋਟੀ ਖਾ ਲਈ ਲਿਆ ਹੁਣ ਚਾ ਪੀਏ ਹੁਣ ਹੁਣ ਉਹਨੇ ਬਲੌਕ ਕਰ ਦਿੱਤਾ ਉਹਦੀ એનર્ਜੀ ਜਿਹੜੀ ਮੈਟਾਬੋਲਾਈਜ਼ ਹੋ ਕੇ ਤੁਹਾਡੇ ਜਿਸਮ ਦਾ ਹਿੱਸਾ ਬਣਨੀ ਸੀ ਉਹਦੇ ਅੱਗੇ ਫੁੱਲ ਸਟਾਪ ਲਾਤਾ ਹੈ ਨੀ ਚਾਈਨ ਜਾਨ ਨੇ ਇਹ ਸਭ ਤੋਂ ਬੈਡ ਤਰੀਕਾ ਹੈ ਇਹਦਾ ਚਾਹ ਦਾ ਪੀਣਾ ਫੇਰ ਇਹਦੇ ਚ 5 ਤੋਂ 6% ਕੈਫੀਨ ਹੁੰਦੀ ਹੈ। ਇਹ ਜਿਹੜਾ ਕੈਮਿਲਿਆ ਸੈਨੇਸਰ 5 ਤੋਂ 6% ਕੈਫੀਨ। ਜਦੋਂ ਤੁਸੀਂ ਰਾਤ ਦੇ ਖਾਣੇ ਤੋਂ ਬਾਅਦ ਚਾਹ ਪੀਂਦੇ ਹੋ ਇਹ ਤੁਹਾਡੇ ਬ੍ਰੇਨ ਚ ਜਾ ਕੇ ਹਲਕਾ 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 ਉਹਨੂੰ ਨੌਕ ਕਰਦੀ ਰਹਿੰਦੀ ਹੈ। ਉਹਨੂੰ ਜਗਾਉਂਦੀ ਰਹਿੰਦੀ ਬ੍ਰੇਨ ਨੂੰ। ਤੁਸੀਂ ਰਾਤ ਨੂੰ ਸਹੀ ਤਰ੍ਹਾਂ ਸੌ ਨਹੀਂ ਪਾਉਂਦੇ। ਜਦੋਂ ਬ੍ਰੇਨ ਨੂੰ ਨੌਕ ਕਰ ਰਹੀ ਹੈ 5 ਤੋਂ 6% ਕੈਫੀਨ ਬਹੁਤ ਹੈ ਬ੍ਰੇਨ ਨੂੰ ਜਗਾਉਣ ਲਈ। ਜਦੋਂ ਨੌਕ ਕਰਦੀ ਹੈ ਤੁਹਾਡੇ ਬ੍ਰੇਨ ਨੂੰ ਤੇ ਪੂਰੀ ਡੀਪ ਸਲੀਪ ਨਹੀਂ ਆਉਂਦੀ। ਤਾਂ ਨੂੰ ਪਤਾ ਹੈ ਜਦੋਂ ਤੁਸੀਂ ਸੌਂਦੇ ਹੋ ਤੁਹਾਡਾ ਐਪਿਟਿਊਟਰੀ ਗਲੈਂਡ ਜਿਹੜਾ ਇਹ ਇੱਕ ਹਾਰਮੋਨ ਐਕਸਕ੍ਰੀਟ ਕਰਦਾ ਜਿਹਨੂੰ ਮੈਲਾਟੋਨਿਨ ਕਹਿੰਦੇ ਨੇ ਉਹ ਹਾਰਮੋਨ ਵਰਕ ਕਰਦਾ ਹੈ ਤੁਹਾਨੂੰ 슈ਗਰ ਔਰ ਕੈਂਸਰ ਤੋਂ ਬਚਾਉਂਦਾ ਹੈ ਤੁਹਾਨੂੰ ਸਕਿਨ ਕੈਂਸਰ ਤੋਂ ਬਚਾਉਂਦਾ ਹੈ ਮੈਲਾਟੋਨਿਨ ਚਾਹਤੋਂ ਤੁਸੀਂ ਸੇ ਡੀਪ ਸਲੀਪ ਨਹੀਂ ਜਾਂਦੇ ਅਲਫਾ ਸਟੇਜ ਤੋਂ ਗੈਨੇਟ ਅਪ ਦੇ ਸਲੀਪ ਦੇ ਉਦੋਂ ਮੈਲਾਟੋਨਿਨ एक्स, एक्सक्रीट नहीं होता ਤੁਹਾਡੀ ਬਾਡੀ ਚ ओके ਜਦੋਂ ਨਹੀਂ ਨਿਕਲਦਾ ਕਿਉਂਕਿ ਤੁਸੀਂ ਸੁੱਤੇ ਸਹੀ ਨਹੀਂ ਹੋ ਉਹ ਨਿਕਲ ਨਹੀਂ ਰਿਹਾ ਤੇ ਤੁਹਾਨੂੰ ਸ਼ੂਗਰ ਔਰ ਕੈਂਸਰ ਹੋਣ ਦੇ ਜ਼ਿਆਦਾ ਚਾਂਸਸ ਹੋ ਜਾਂਦੇ ਐ ਕਿਉਂ ਇੰਨਾ ਆਮ ਹੋ ਗਿਆ ਸ਼ੂਗਰ ਸਾਡੀ ਰਾਤ ਦੀ ਸਲੀਪ ਹੀ ਡੀਪ ਨਹੀਂ ਆ ਗਈ ਅਸੀਂ ਉਸ ਸਟੇਜ ਤੇ ਹੀ ਨਹੀਂ ਪਹੁੰਚਦੇ ਜਿਹਨੂੰ ਡੀਪ ਸਲੀਪ ਕਰਨੇ ਉਹ ਤਿੰਨ ਤੋਂ ਚਾਰ ਘੰਟੇ ਦੀ ਸਾਨੂੰ ਡੀਪ ਸਲੀਪ ਚਾਹੀਦੀ ਪਰ ਅਸੀਂ ਕੱਚੀ ਨੀਂਦੇ ਸੁੱਤੇ ਰਹਿੰਦੇ ਹਾਂ ਕੱਚੀ ਨੀਂਦ ਕਰਵਟਾ ਬਦਲਤੇ ਹਮ ਇੱਧਰ ਉੱਧਰ ਇੱਧਰ ਉੱਧਰ ਕਰਵਟੇ ਬਦਲਤੇ ਰਹੇ ਸਾਰੀ ਰਾਤ ਹਮ ਇਹ ਉਹ ਨੀਂਦ ਨਾ ਨੋ ਹੋਈ ਉਹ ਨੂੰ ਤੁਸੀਂ ਨੀਂਦ ਨਾ ਕਹੋ ਉਹ ਨੂੰ ਤੁਸੀਂ ਥਕਾਵਟ ਕਹੋ ਸਵੇਰ ਉੱਠੋਗੇ ਤੇ ਥੱਕੇ ਹੋਏ ਉੱਠੋਗੇ ਤੇ ਕਿਸੇ ਸਟੇਜ ਤੇ ਜਿੰਨੇ ਵਿੱਚ ਜਾ ਕੇ ਤੁਹਾਡੇ ਤੇ ਹਲਕਾ ਜਾ ਤੁਹਾਡਾ ਪੈਂਕ੍ਰੀਆਜ਼ ਵੀਕ ਹੋਇਆ ਤੇ ਤੁਹਾਨੂੰ ਸ਼ੂਗਰ ਹੋ ਜਾਏਗੀ ਤੁਹਾਡੇ ਬੀਟਾ ਸੈਲਸ ਨੇ ਹਲਕਾ ਜਾ ਕਮ ਕੱਟ ਕੀਤਾ ਜਾਂ ਤੁਸੀਂ ਮਿੱਠਾ ਜ਼ਿਆਦਾ ਖਾ ਲਿਆ ਸ਼ੂਗਰ ਹੋ ਜਾਏਗੀ ਸਟ्रेस ਆ ਗਿਆ ਇੱਕ ਦਿਨ ਜ਼ਿਆਦਾ ਸ਼ੂਗਰ ਹੋ ਜਾਏਗੀ ਅੱਛਾ ਫਿਰ ਸਹੀ ਤੰਗ ਕੀ ਹੈ ਚਾਹ ਨੂੰ ਬਣਾਉਣ ਦਾ ਸਹੀ ਤਰੀਕਾ ਕੀ ਹੈ ਕਿੱਦਾਂ ਦੀ ਚਾਹ ਸਾਨੂੰ ਪੀਣੀ ਚਾਹੀਦੀ ਹੈ ਚਾਹ ਦੇ ਫਾਇਦੇ ਵੀ ਬਹੁਤ ਨੇ ਹਮ ਇਹਦੇ ਫਾਇਦੇ ਦੱਸਾਂਗਾ ਤਾਂ ਤੁਸੀਂ ਹੈਰਾਨ ਪ੍ਰੇਸ਼ਾਨ ਹੋ ਜਾਓਗੇ ਪਹਿਲਾਂ ਫਾਇਦੇ ਕਰ ਲਈਏ ਫਾਇਦੇ ਦੇ ਬਣਾਉਣ ਦਾ ਤਰੀਕਾ ਦੱਸ ਦਿੰਦੇ ਜੇ ਇਸ ਤਰੀਕੇ ਨਾਲ ਬਣਾਓ ਤੇ ਚਾਹ ਦੇ ਫਾਇਦੇ ਆਏ ਇੱਕ ਤਾਂ ਇਹਨੂੰ ਖਾਣੇ ਤੋਂ ਬਾਅਦ ਨਾ ਪੀਓ ਹਮ ਬਿਲਕੁਲ ਇਹਨੂੰ ਹੱਥ ਨਾ ਲਾਓ ਖਾਣੇ ਤੋਂ ਬਾਅਦ ਅਗਰ ਪੀਣੀ ਹੈ ਤਾਂ ਖਾਣੇ ਤੋਂ ਡੇਢ ਤੋਂ 2 ਘੰਟੇ ਬਾਅਦ ਪੀਓ ਜਦੋਂ ਖਾਣਾ ਮੈਟਾਬੋਲਾਈਜ਼ ਹੋ ਜਾਏ એનર્ਜੀਸ ਕਨਵਰਟ ਹੋ ਜਾਏ ਤਾਂ ਡੋ ਖਾਣੇ ਤੇ ਤੇ ਜਿਹੜੇ ਤੁਸੀਂ ਪ੍ਰੋਟੀਨਸ ਔਰ ਉਹ ਆਇਰਨ ਉਹਦੇ ਤੋਂ ਐਕਸਕਰੀਟ ਕਰਨਾ ਹੈ ਜਿਹੜਾ ਉਹ ਚੀਜ਼ਾਂ ਲੈਣੀਆਂ ਉਹ ਲੈ ਲਓ ਤੁਸੀਂ ਉਹ ਤੁਹਾਡੀ ਬਾਡੀ ਦੇ ਆਰਗਨਸ ਤੱਕ ਪਹੁੰਚ ਜਾਣ ਫਿਰ ਇੱਕ ਐਸ ਤਰੀਕੇ ਦੀ ਚਾਹ ਪੀਓ ਜਿਹੜੀ ਆਪਾਂ ਨਹੀਂ ਪੀਂਦੇ ਅਸੀਂ ਵੀ ਨਹੀਂ ਪੀਂਦੇ ਹ 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 ਪਾਣੀ ਬੋਇਲ ਕਰੋ ਹੂੰ ਉਹਦੇ ਵਿੱਚ ਪੱਤੀ ਸੁੱਟੋ ਜਿੰਨੀ ਵੀ ਤੁਹਾਨੂੰ ਰਿਕੁਆਇਰਡ ਹੈ ਤੇਜ਼ ਪੱਤੀ ਪੀਣੀ ਤੇ ਤੇਜ਼ ਕਟ ਪੀਣੀ ਤੇ ਕਟ ਉਹਦੇ ਤੇ ਟੱਕਣ ਦੇ ਕੇ ਉਹਨੂੰ ਬੰਦ ਕਰ ਦਿਓ ਥੈਟਸ ਇਟ ਉਹਨੂੰ ਬੰਦ ਕਰ ਦਿਓ ਉਹਨੂੰ 5-7 ਮਿੰਟ ਪਈ ਰਹਿਣ ਦਿਓ ਉਸ ਤੋਂ ਬਾਅਦ ਦੁੱਧ ਨੂੰ ਸੈਪਰੇਟ ਅਲੱਗ ਦਾ ਗਰਮ ਕਰੋ ਜਿਹਨੂੰ ਆਪਾਂ ਸੈਪਰੇਟ ਹੀ ਕਰਨੇ ਆ ਹੂੰ ਤੁਹਾਨੂੰ ਅੱਜ ਮੈਂ 2-3 ਤਰੀਕੇ ਦੱਸਣਾ ਚਾਹੇ ਚਾਹ ਬਣਾਉਣ ਦੇ ਦੁੱਧ ਅਲੱਗ ਦਾ ਗਰਮ ਕੀਤਾ ਉਹਦੇ ਵਿੱਚ ਤੁਸੀਂ ਅਗਰ 슈ਗਰ ਪਾਣੀ ਹੈ ਤੇ ਵਾਈਟ 슈ਗਰ ਨਹੀਂ ਗੋੜੀ ਜਾਂ ਸ਼ੱਕਰ ਪਾ ਲਓ ਹੂੰ ਉਹ ਪਾ ਕੇ ਉਹਨੂੰ ਅਲੱਗਾ ਤੋਂ ਬੋਇਲ ਕਰ ਲਓ ਦੋ ਦਰੋਂ ਇਹ ਚਾਹ ਨੂੰ ਕੱਢੋ ਅੱਧਾ ਪੌਣਾ ਕੱਪ ਚਾਹ ਦਾ ਹੋਵੇ ਤੇ ਇੰਨਾ ਕੁ ਦੁੱਧ ਜਸਟ ਐਵੇਂ ਚਮਚਿਆਂ ਨਾਲ ਗਿਣ ਕੇ ਪਾਇਓ ਉਹ ਚਾਹ ਪੀ ਕੇ ਦੇਖੋ ਤਾ ਨ ਦੇਖੋ ਤੇ ਫਾਇਦੇ ਕੀ ਹੁੰਦੇ ਨੇ ਉਹਦਾ ਪਹਿਲਾ ਫਾਇਦਾ ਚਾਹ ਐਂਟੀ-ਏਜਿੰਗ ਹੈ ਉੱਚਾ ਚਾਹ ਐਂਟੀ-ਐਕਨੀ ਹੈ ਚਾਹ ਐਂਟੀ-ਇਨਫਲੇਮੇਟਰੀ ਹੈ ਚਾਹ ਐਂਟੀ-ਬੈਕਟੀਰੀਅਲ ਹੈ ਹੂੰ ਜੇ ਅਗਰੇ ਅਸਤਰੰ ਪੀਓਗੇ तो बैक्टीरियाज़ जोड़े बैड स्किन के खास तौर पर वो मरणगे थोड़े रिंकल्स कटनगे थोड़ी इनफ्लेमेन कटेगी चाहे एंटीऑक्सीडेंट है अगर तुम इस तरह पियोगे चाहे एंटीऑक्सीडेंट का काम कर रही थत हल्दी आप पिछले प्रोग्राम से डिस्कस किया चाहे भी एंटीडेंट है अगर इस तरह पियोगे जो तीन चाय न एक टाइम तो ज़्यादा पका हो चाय पकया नहीं है ਉਸੀ ਨੂੰ ਪਾਣੀ ਨੂੰ ਪਕਾ ਕੇ ਉਹਦੇ ਵਿੱਚ ਚਾਹ ਪਾ ਕੇ ਉਹਨੂੰ ਦਮ ਦੇਤਾ ਬੰਦ ਕਰਤਾ ਬਣਾਇਆ ਉਹਨੂੰ ਪਕਾਇਆ ਨਹੀਂ ਪਕਾਇਆ ਨਹੀਂ ਉਹਦੇ ਬੈਨੀਫਿਟਸ ਐਕਸਕ੍ਰੀਟ ਕੀਤੇ ਸੀ ਦੂਸਰਾ ਤਰੀਕਾ ਵੀ ਇੱਕ ਹੈ ਜੇ ਤੁਹਾਨੂੰ ਇਹ ਨਹੀਂ ਪਸੰਦ ਤੇ ਉਹਦਾ ਇੱਕ ਹੋਰ ਵੀ ਤਰੀਕਾ ਆਉਂਦੋ ਤੁਸੀਂ ਇੱਕ ਚੈਨਕ ਲਵੋ ਉਹਦੇ ਵਿੱਚ ਚਾਹ ਦੀ ਪੱਤੀ ਪਾ ਦਿਓ ਜਿੰਨੀ ਤੁਹਾਨੂੰ ਚਾਹੀਦੀ ਹੈ ਉਹਦੇ ਵਿੱਚ ਤੁਸੀਂ ਸ਼ੱਕਰ ਪਾ ਲਓ ਜਿਹੜੀ ਦੇਸੀ ਆਪਣੀ ਸ਼ੱਕਰ ਹੈ ਚੀਨੀ ਨਹੀਂ ਅੱਛਾ ਜਾਂ ਗੁੜ ਪਾ ਲਓ ਜਿੰਨਾ ਤੁਹਾਨੂੰ ਰਿਕੁਆਇਰਡ ਹੈ ਅਗਰ ਬਲੱਡ ਪ੍ਰੈਸ਼ਰ ਅਫੇਰ ਨਾ ਗੁੜ ਪਾਓ ਫਿਰ ਸ਼ੱਕਰ ਹੀ ਪਾਓ ਅਗਰ ਸ਼ੂਗਰ ਹੈ ਫਿਰ ਦੋਨੇ ਨਾ ਪਾਓ ਫਿੱਕੀ ਚਾਹ ਪੀਓ ਉਹਦੇ ਵਿੱਚ ਤੁਸੀਂ ਪਾ ਕੇ ਸ਼ੱਕਰ ਔਰ ਪੱਤੀ ਗਰਮ ਪਾਣੀ ਉਸ ਚੈਨਕ ਚ ਪਾ ਦਿਓ ਜਿੰਨੀ ਤੁਸੀਂ ਬਣਾਣੀ ਹੈ ਚਾਹੇ ਉਸੇ ਹਿਸਾਬ ਨਾਲ ਪੱਤੀ ਡਾਲੋਗੇ ਨਾ ਉਹ ਗਰਮ ਪਾਣੀ ਪਾ ਕੇ ਉਹਨੂੰ ਲੌਕ ਕਰ ਦਿਓ ਉਹਨੂੰ ਰੱਖ ਦਿਓ ਅੱਧਾ ਘੰਟਾ ਪਈ ਰਹੇ ਅੱਛਾ ਤੁਸੀਂ ਆਪਣਾ ਦੁੱਧ ਗਰਮ ਕਰੋ ਸਾਈਡ ਤੇ ਕੱਪ ਚ ਇਧਰੋਂ ਚਾਹ ਕੱਢੋ ਚਾਹ ਦਾ ਪਾਣੀ ਉਧਰੋਂ ਥੋੜਾ ਜਿਹਾ ਦੁੱਧ ਪਾਓ ਉਸ ਤਰ੍ਹਾਂ ਦੀ ਚਾਹੇ ਤੁਸੀਂ ਮਜ਼ਾ ਹੀ ਨਹੀਂ ਆਏਗਾ ਤੁਹਾਨੂੰ ਹੋਰ ਕਿਸੇ ਚਾਹੇ ਦਾ ਜੇ ਤੁਸੀਂ ਇਹ ਪੀ ਲੇ। اچھا। ਇਨੀ ਡੇਲੀਸ਼ੀਅਸ ਚਾਹ। ਦੁੱਧ ਪੱਤੀ ਤਾਂ ਹੁੰਦੀ ਹੈ ਡੇਲੀਸ਼ੀਅਸ ਲੇਕਿਨ ਉਹ ਵੀ ਆਪਾਂ ਖਰਾਬ ਕਰ ਦਿੰਨੇ ਆ ਉਹ ਤੇ ਤੁਹਾਨੂੰ ਨੁਕਸਾਨ ਦਾਸਤੇ ਮੈਂ। ਐ ਵਾਲੀ ਚਾਹੇ ਟੇਸਟੀ ਹੋਏਗੀ। ਸ਼ਰਤ ਇਹ ਹੈ ਕਿ ਇੱਕ ਰਾਤ ਨੂੰ ਨਹੀਂ ਪੀਣੀ। ਹਮ। ਔਰ ਇੱਕ ਦਿਨ ਚ ਇੱਕ ਕੱਪ ਤੋਂ ਜ਼ਿਆਦਾ ਨਹੀਂ ਪੀਣੀ ਉਹ ਵੀ ਛੋਟਾ ਕੱਪ। اچھا। ਐਡਾ ਨਹੀਂ। ਔਰ ਦੂਸਰੀ ਸ਼ਰਤ ਇਹ ਹੈ ਕਿ ਉਹਨੂੰ ਖਾਣੇ ਤੋਂ ਬਾਅਦ ਨਹੀਂ ਪੀਣਾ। ਬਿਲਕੁਲ ਠੀਕ। ਤਿੰਨ ਸ਼ਰਤਾਂ ਹੋ ਗਿਆ। ਹਮ। ਇੱਕ ਤੁਸੀਂ ਰਾਤ ਨੂੰ ਨਹੀਂ ਪੀਣੀ। ਇੱਕ ਤੋਂ ਸੇਕ ਕੱਪ ਤੋਂ ਜ਼ਿਆਦਾ ਨਹੀਂ ਪੀਣਾ ਇੱਕ ਖਾਣੇ ਤੋਂ ਬਾਅਦ ਨਹੀਂ ਇੱਕ ਖਾਣੇ ਤੋਂ ਬਾਅਦ ਨਹੀਂ ਪੀਣਾ ਕੁਝ ਵੀ ਖਾਦਾ ਹੋਵੇ ਲੈਟ ਸਪੋਜ਼ ਤੁਸੀਂ ਫਰੂਟ ਹੀ ਖਾਦਾ ਹੈ ਫਰੂਟ ਨੂੰ ਵੀ ਤੇ ਬਲੌਕ ਕਰੇਗੀ ਨਾ ਜਾ ਕੇ ਉਹਨੂੰ ਉਹਨੂੰ ਲੌਕ ਕਰ ਦੇਗੀ ਉਹਦੀ ਐਕਸਕ੍ਰੀਸ਼ਨ ਨੂੰ ਜ਼ਿੰਕ ਦੀ ਕਮੀ ਕਰ ਦੇਗੀ ਆਇਰਨ ਦੀ ਕਮੀ ਕਰ ਦੇਗੀ ਹੱਡੀਆਂ ਖਰਾਬ ਕਰ ਦੇਗੀ ਪ੍ਰੋਟੀਨ ਨੂੰ ਬਲੌਕ ਕਰ ਦੇਗੀ ਵਿਟਾਮਿਨਸ ਜਿੰਨੇ ਤੁਹਾਡੇ ਬਾਡੀ ਚ ਜਾਂਦੇ ਨੇ ਖਾਣੇ ਤੋਂ ਉਹਨਾਂ ਨੂੰ ਬਲੌਕ ਕਰ ਦੇ ਤੇ ਉਹਨਾਂ ਨੂੰ ਬਲੌਕ ਕਰਨ ਤੋਂ ਬਿਹਤਰ ਹੈ ਕਿ ਇਹਨੂੰ ਖਾਣੇ ਤੋਂ ਪਹਿਲੇ ਪੀਂ ਉਦਨਾਂ ਇਹ ਹੋਏਗਾ ਕਿ ਤੁਹਾਡਾ ਜਦੋਂ ਖਾਣਾ ਬਾਡੀ ਚ ਜਾਂਦਾ ਹੈ ਨਾ ਤੁਹਾਡੇ ਸਟਮਕ ਚ ਤੇ ਸਟਮਕ ਚ ਇੱਕ ਖਾਸ ਹੀਟ ਹੁੰਦੀ ਹੈ ਬਾਹਰ ਨਾਲੋਂ ਜਿਸਮ ਤੋਂ ਜ਼ਿਆਦਾ ਹੀਟ ਹੈ ਉਸ ਹੀਟ ਨਾਲ ਖਾਣਾ ਡਾਈਜੈਸਟ ਹੁੰਦਾ ਹੈ ਪਲੱਸ ਜਿਹੜਾ ਐਪਟਿਕ ਐਸਿਡ ਰਿਲੀਜ਼ ਹੁੰਦਾ ਉਹਦੀ ਪੋਸ ਤੋਂ ਪਲੱਸ ਜਿਹੜੇ ਬਾਇਲਿਅਸਰਸ ਆਉਂਦੇ ਨੇ ਆਪਣੇ ਪਿੱਤੇ ਤੋਂ ਪੈਂਕਰੀਆਸ ਤੋਂ ਉਹਨਾਂ ਨਾਲੋਂ ਖਾਣਾ ਮਿਕਸ ਆਪੋ ਕੇ ਹਜ਼ਮ ਹੁੰਦਾ ਜਿਹਨੂੰ ਅਪਰ ਡਾਈਜੈਸਟਿਵ ਸਿਸਟਮ ਕਹਿੰਦੇ ਚਾਹ ਤੋਂ ਪਹਿਲੇ ਚਾਹੇ ਚਲੇ ਜਾ ਕੇ ਸਵੇਰ ਨੂੰ ਖਾਲੀ ਪੇਟ ਪੀਣੀ ਚਾਹੀਦੀ ਨਾ ਰਾਤ ਨੂੰ ਸੌਣ ਲੱਗਿਆਂ ਪੀਣੀ ਆ ਖਾਣੇ ਤੋਂ ਪਹਿਲੇ ਤੁਸੀਂ ਪੀ ਸਕਦੇ ਹੋ ਅਸ ਹੁਣ ਆਪਣੀ ਬਹੁਤੀ ਘਰਾਂ ਦੇ ਵਿੱਚ ਆਦਤ ਬਣੀ ਪਈ ਹੈ ਨਾ ਸਵੇਰੇ ਉੱਠਦਿਆਂ ਪਹਿਲਾਂ ਕੰਮ ਹੀ ਚਾਹ ਧਰਨੀ ਆ ਤੇ ਸਭ ਤੋਂ ਖਾਲੀ ਪੇਟ ਸਾਰੀ ਰਾਤ ਅਸੀਂ ਫਾਸਟ ਇੱਕ ਤਰੀਕੇ ਦਾ ਹੁੰਦਾ ਸਾਡੇ ਪੇਟ ਦਾ ਤੇ ਸਵੇਰੇ ਉੱਠਦਿਆਂ ਸਾਰ ਉਹਦੇ ਉੱਤੇ ਅਸੀਂ ਚਾਹ ਪਾ ਦਿੰਦੀ ਆ ਤੇ ਉਹਦਾ ਕਿੰਨਾ ਕੁ ਨੁਕਸਾਨ ਆ ਅਸੀਂ ਦੋਨੋਂ ਕੰਮ ਉਲਟ ਕਰ ਰਹੇ ਆ ਰਾਤ ਨੂੰ ਗਰਮ ਚੀਜ਼ ਪੀਣੀ ਚਾਹੀਦੀ ਆ ਚਾਹ ਨਹੀਂ ਕੋਈ ਹੋਰ ਗਰਮ ਚੀਜ਼ ग्रीन टी ਲਾ ਲੋ ਤੇ ਸੁਬਹ ਨੂੰ ਠੰਡੀ ਚੀਜ਼ ਪੀਣੀ ਚਾਹੀਦੀ ਕਿਉਂਕਿ ਆਲਰੇਡੀ ਹੀਟਡ ਹੁੰਦਾ ਗੈਸਸ ਬਣੀਆਂ ਹੁੰਦੀਆਂ ਖਾਲੀ ਹੁੰਦਾ ਨਾ ਤਾਂ ਗੈਸਸ ਕ੍ਰੀਏਟ ਹੋ ਜਾਂਦੀਆਂ ਕੋਕੋਨਟ ਵਾਟਰ ਬਹੁਤ ਵਧੀਆ ਦੱਸਦੇ ਖਾਲੀ ਪੇਟ ਜ਼ਰੂਰੀ ਨਹੀਂ ਅਗਰ ਤੁਸੀਂ ਇਹਨਾਂ ਮੁਲਕਾਂ 'ਚ ਰਹਿੰਦੇ ਹੋ ਕੋਕੋਨਟ ਵਾਟਰ ਪੀਓਗੇ ਤਾਂ ਤੁਹਾਡੇ ਜੋੜ ਜਾਮ ਹੋ ਜਾਣਗੇ ਅੱਛਾ ਇੱਥੇ ਠੰਡ ਜ਼ਿਆਦਾ ਔਰ ਕੋਕੋਨਟ ਵਾਟਰ ਬਹੁਤ ਠੰਡਾ ਉਹਦੀ ਤਾਸੀਰ ਤੁਸੀਂ ਆਮ ਸਮੋਦੀ ਬਣਾਓ ਅੱਜਕੱਲ ਦੇ ਦਿਨਾਂ ਦਾ ਮੈਂ ਤੁਹਾਨੂੰ ਦੱਸਦਾ ਤੁਸੀਂ ਇੱਕ ਪਲੇਟ ਲਓ ਵਾਟਰਮੈਲਨ ਦੀ ਜਿਹਨੂੰ ਤਰਬੂਜ਼ ਕਹਿੰਦੇ ਆਪਾਂ ਅੱਧੇ ਪਲੇਟ ਲੋ ਖਰਬੂਜ਼ੇ ਦੀ ਜਿਹਨੂੰ ਮੈਲਨ ਕਹਿੰਦੇ ਆ ਜਾਂ ਕੈਂਟਲੋਪ ਕਹਿੰਦੇ ਚਾਰ ਪੰਜ ਪੁਦੀਨੇ ਦੇ ਪੱਤੇ ਲਓ ਅੱਧਾ ਚਮਚਾ ਛੋਟਾ ਕਾਲਾ ਨਮਕ ਲਓ ਇਹਨਾਂ ਸਾਰਿਆਂ ਨੂੰ ਉਹਦੇ ਚ ਜਗ ਚ ਸੁੱਟ ਕੇ ਬਲੈਂਡਰ ਚ ਇਹਨਾਂ ਨੂੰ ਗ੍ਰਾਈਂਡ ਕਰਕੇ ਕੋਈ ਪਾਣੀ ਨਹੀਂ ਪਾਣਾ ਕੋਈ ਮਿੱਠਾ ਨਹੀਂ ਪਾਣਾ ਇਹਦੇ ਦੋ ਗਲਾਸ ਬਣ ਜਾਣਗੇ ਉਹ ਦੋ ਗਲਾਸ ਸਵੇਰ ਉੱਠ ਕੇ ਪੀਓ ਇਹਦੇ ਫਾਇਦੇ ਸੁਣ ਲਓ ਇਹਦੇ ਫਾਇਦੇ ਲਈ ਪੂਰਾ ਇੱਕ ਪ੍ਰੋਗਰਾਮ ਚਾਹੀਦਾ ਅੱਛਾ ਇਹਨੇ ਫਾਇਦੇ ਨੇ ਤੁਹਾਡਾ ਸਟਮਕ ਸਾਫ ਜਿਹਨਾਂ ਲੋਕਾਂ ਨੂੰ ਕਨਸਟਿਪੇਸ਼ਨ ਨਹੀਂ ਜਾਂਦੀ ਉਹਨਾਂ ਨੂੰ ਕਨਸਟਿਪੇਸ਼ਨ ਨਹੀਂ ਹੋਏਗੀ ਤੁਹਾਡੇ ਜਿਸਮ ਚ એનર્ਜੀ ਆਏਗੀ ਤੁਸੀਂ ਉਸੇ ਟਾਈਮ ਫੀਲ ਕਰੋਗੇ ਮੈਨੂੰ એનર્ਜੀ ਫੀਲ ਹੋ ਰਹੀ ਹੈ ਇਹ ਦੇਸੀ ਵਿਆਗਰਾ ਮੇਲ ਲਈ ਬਹੁਤ ਅੱਛੀ ਹੈ ਦਵਾਈ ਹੈ ਨੰਬਰ 4 ਇਹਦਾ ਤੁਹਾਡੇ ਜਦੋਂ ਡਾਈਜੈਸਟਿਵ ਸਿਸਟਮ ਬੈਟਰ ਹੋਏਗਾ ਰਾਤ ਦੀ ਨੀਂਦ ਬੈਟਰ ਕਰ ਦੇਗੀ ਤੁਹਾਡੀ ਨੰਬਰ 5 ਜਿਹਨਾਂ ਲੋਕਾਂ ਨੂੰ ਐਨੀਮੀਆ ਹੈ ਜਨਾਦ ਆਇਰਨ ਲੋਅਰ ਇਹ ਆਇਰਨ ਬੂਸਟ ਕਰ ਦੇਗਾ ਤੁਹਾਡਾ ਤੁਹਾਨੂੰ ਜਿਸਮ ਚ ਆਇਰਨ ਦੀ ਕਮੀ ਨਹੀਂ ਰਹੇਗੀ ਕਦੇ ਵੀ ਨੰਬਰ 6 ਜਿਹਨਾਂ ਲੋਕਾਂ ਨੂੰ ਯੂਰਿਕ ਐਸਿਡ ਹੁੰਦਾ ਹੈ ਔਰ ਕਿਡਨੀ ਵੀਕ ਹੋ ਗਈ ਹੈ ਪ੍ਰੋਟੀਨ ਐਕਸਕਰੀਟ ਹੋ ਗਈ ਹੈ ਇਹ ਉਹਦੇ ਲਈ ਬੈਨੀਫੀਸ਼ੀਅਲ ਹੈ ਦੇਖੋ ਕਿੰਨੇ ਫਾਇਦੇ ਨੇ ਨੰਬਰ 7 ਅਗਰ ਵੂਮਨ ਦਾ ਯੂਟਰਸ ਵੀਕ ਹੈ ਉਹਨਾਂ ਨੂੰ ਵਾਰ-ਵਾਰ ਯੂਰਨ ਦੀ ਪ੍ਰੋਬਲਮ ਆ ਜਾਂ ਮੇਲ ਨੂੰ ਪ੍ਰੋਸਟੇਟ ਦੀ ਪ੍ਰੋਬਲਮ ਹੈ ਇਹ ਉਹਦੇ ਚੋਨਾਂ ਨੂੰ ਹੈਲਪ ਆਊਟ ਕਰੇਗੀ ਕਿੰਨੇ ਫਾਇਦੇ ਨੇ ਇਹਦੇ ਏ ਅੱਜਕੱਲ ਦੀ ਸਮੋਦੀ ਹੈ ਗਰਮੀਆਂ ਦੇ ਦਿਨਾਂ ਦੀ ਜਦੋਂ ਤੱਕ ਤੁਹਾਡਾ ਵਾਟਰਮੈਲਨ ਮੌਜੂਦ ਹੈ ਉਦੋਂ ਤੱਕ ਤੁਸੀਂ ਇਹ ਪੀਓ ਉਸ ਤੋਂ ਬਾਅਦ ਜਦੋਂ ਥੋੜਾ ਟਾਈਮ ਗੁਜ਼ਰ ਜੇ 15-20 ਮਿੰਟ ਅਧਾ ਘੰਟਾ ਤੁਸੀਂ ਉਹ ਵਾਲੀ ਚਾਹ ਬਣਾਓ ਜਿਹੜੀ ਆਪਾਂ ਤੁਹਾਨੂੰ ਦੱਸੀ ਹੈ ਮਤਲਬ ਗੋਰੀਆਂ ਵਾਲੀ ਚਾਹ ਜਿਹਨੂੰ ਕਹਿੰਦੇ ਆ ਗੋਰੀਆ ਇਹ ਐਕਚੁਅਲ ਚਾਹ ਐ ਐਕਚੁਅਲ ਅਸਲੀ ਚਾਹ ਸਾਨੂੰ ਇਸ ਚਾਹ ਤੇ ਕਿਨੇ ਲਾਇਆ ਹੂੰ ਸਾਨੂੰ ਇਸ ਚਾਹ ਤੇ ਲਾਇਆ ਸਾਡੇ ਜਿਹੜੇ ਰੂਲਰਸ ਸਨ ਜਿਹੜੇ ਗੋਰੇ ਅੰਗਰੇਜ਼ ਬ੍ਰਿਟਿਸ਼ਰਸ ਇੰਗਲੈਂਡ ਵਾਲੇ ਲੋਕ ਉੱਥੇ ਸਾਡੇ ਕੋਲ ਆਏ ਸੀ ਉਹ ਵੀ ਇਹਨੇ ਦੁੱਧ ਵਾਲੀ ਚਾਹ ਉੱਚੀ ਇਹ ਉਹਨਾਂ ਨੇ ਤੁਹਾਨੂੰ ਦੱਲਿਛਾਤੇ ਸਨ ਲੇ ਐਕਚੁਅਲ ਚਾਹ ਤੇ ਹੈ ਹੀ ਨਹੀਂ ਤੁਸੀਂ ਦੁਨੀਆ ਦੇ ਕਿਸੇ ਮੁਲਕ ਚ ਚਲੇ ਜਾਓ ਤੁਹਾਨੂੰ ਕਾਲੀ ਚਾਹ ਮਿਲੇਗੀ ਨਾਰਮਲ ਚਾਹ ਬਗੈਰ ਦੁੱਧ ਤੋਂ ਤੇ ਜਿਹੜਾ ਦੁੱਧ ਦੇ ਵਿੱਚ ਪੱਤੀ ਆ ਉਹ ਇੱਕ ਵੱਖਰੀ ਸ਼ੈਅ ਹੈ ਕਿ ਉਹਨੂੰ ਵੀ ਇਦਾਂ ਦਾ ਹੀ ਗਿਣਿਆ ਜਾਏ ਇਹ ਇਹ ਹੀ ਜ਼ਹਿਰ ਹੈ ਉਹ ਵੀ ਕੰਪਾਊਂਡ ਹੈ ਉਹ ਵੀ ਜ਼ਹਿਰੀਆ ਦੁੱਧ ਪੱਤੇ ਕੰਪਾਊਂਡ ਹੈ ਉਹ ਵੀ ਕੰਪਾਊਂਡ ਹੈ ਜਦੋਂ ਤੁਸੀਂ ਓਵਰ ਕੁਕ ਕਰਦੇ ਹੋ ਉਹ ਵੀ ਕੰਪਾਊਂਡ ਹੈ ਕੱਲਾ ਦੁੱਧ ਕੱਲਾ ਦੁੱਧ ਇਹ ਆਪਾਂ ਰੈਤ ਕਰਕੇ ਕਿਹਾ ਹੈ ਕਿ ਜੇ ਅਗਰ ਤੁਸੀਂ ਪੀਣੀ ਹੈ ਬੈਸਟ ਤਰੀਕਾ ਇਹਦਾ ਪੀਂਦਾ ਹੈ ਬਗੈਰ ਦੁੱਧ ਤੋਂ ਉਹ ਕਾਲੀ ਚਾਹੇ ਸ਼ੀਸ਼ੇ ਦੇ ਖੂਬਸੂਰਤ ਕਪਲਿਓ ਬੜੇ ਕੀਮਤੀ 터ਕਿਸ਼ ਮਿਲ ਜਾਂਦੇ ਨੇ ਅਰੇਬਿਕ ਮਿਲ ਜਾਂਦੇ ਨੇ ਮੈਡੀਟੇਰੇਨੀਅਨ ਮਿਲ ਜਾਂਦੇ ਨੇ ਗ੍ਰੀਕ ਪੀਂਦੇ ਨੇ ਬਹੁਤ ਸਾਰੇ ਮੁਲਕਾਂ ਚ ਪੀਂਦੇ ਨੇ ਸਿਰিয়ান ਪੀਂਦੇ ਨੇ ਪੈਲੇਸਟੀਨੀਆਂ ਪੀਂਦੇ ਨੇ ਦੁਬਈ ਵਾਲੇ ਚਾਹ ਪੀਂਦੇ ਨੇ ਹੋਰ ਬਹੁਤ ਸਾਰੇ ਮੁਲਕਾਂ ਚ ਇਹ ਵਾਲੀ ਕਾਲੀ ਚਾਹ ਪੀਤੀ ਜਾਂਦੀ ਆ ਉਹ ਤੁਸੀਂ ਉਹ ਜਸਟ ਉਹ ਪੱਤੀ ਜਿਸ ਤਰ੍ਹਾਂ ਮੈਂ ਦੱਸਿਆ ਉਹਨੂੰ ਟੱਕ ਦਿਓ ਉਹ ਧਮ ਆ ਜਾਏਗਾ ਉਹਨੂੰ ਪੁੰਨ ਕੇ ਉਹ ਵਾਲੀ ਚਾਹ ਪੀਓ ਅੱਛਾ ਇੱਕ ਘਰਾਂ ਦੇ ਵਿੱਚ ਹੁਣ ਚਾਹ ਚ ਪਾਉਣ ਵਾਲੇ ਮਸਾਲੇ ਬਹੁਤ ਤਰੀਕਿਆਂ ਦੇ ਨੇ ਇਹ ਪੱਤੀਆਂ ਬਹੁਤ ਤਰੀਕੇ ਦੀਆਂ ਮਸਾਲੇ ਐਸੇ ਬਣੇ ਹੁੰਦੇ ਉਹ ਚੱਕਈ ਕੁਝ ਪਾਇਆ ਹੋਣਾ ਲਾਚੀਆਂ ਕਈਆਂ ਦੇ ਵਿੱਚ ਨਾਲ ਉਹਦੇ ਸੌਂਫ ਕਈ ਕੁਝ ਨਾਲ ਹੋਰ ਪਦਾਰਥ ਪਾਪੂ ਕੇ ਹਨਾ ਪੱਤੇ ਵਗੈਰਾ ਪੀਸ ਕੇ ਗ੍ਰਾਈਂਡ ਕਰਕੇ ਮੋਟੀ ਲਾਚੀ ਹਰੀ ਲਾਚੀ ਮਸਾਲੇ ਬਣਾਏ ਹੁੰਦੇ ਆ ਉਹ ਚਾਚ ਬਾਲਣੇ ਚਾਹੀਦੇ ਇਹ ਵੀ ਕੰਪਾਊਂਡ ਹੋ ਗਿਆ ਨਾ ਉਹ ਵੀ ਕੰਪਾਊਂਡ ਹੋ ਜੇ ਤੁਸੀਂ ਚਾਹੇ ਤੋਂ ਅਲਾਵਾ ਕਿਸੇ ਵੀ ਚੀਜ਼ ਨੂੰ ਐਡੀਸ਼ਨ ਕਰੋਗੇ ਉਹਦੇ ਵਿੱਚ ਤੁਸੀਂ ਉਹਦੇ ਕਮੀਲੀਆ ਸੈਨਸਿਸ ਦੇ ਪੱਤਿਆਂ ਤੋਂ ਇਲਾਵਾ ਤੁਸੀਂ ਕੋਈ ਵੀ ਚੀਜ਼ ਐਡ ਕਰੋਗੇ ਉਹਦੇ ਵਿੱਚ ਉਹ ਕੰਪਾਊਂਡ ਹੋ ਗਿਆ अच्छा जबो कंपाउंड बन गया तो वो नुकसान देोगे तू साडी चाय मतलब ਛਡਾਉਣੀ ਆ ਗੁੱਲ ਮਲਾ ਕੇ ਨਹੀਂ ਮੈਂ ਤਾਂ ਤੁਹਾਨੂੰ ਫਾਇਦੇ ਵੀ ਦੱਸੇ ਐਂਟੀ-ਏਜਿੰਗ ਐਂਟੀ-ਐਕਨੀ ਐ ਇੱਕ ਚਾਹ ਦੀ ਵੈਰਾਈਟੀ ਐ ਵਾਈਟ ਟੀ ਲੀਫਸ ਅੱਛਾ ਇਸੇ ਦੀ ਕਮੀਲੀਆ ਸੈਨਸਿਸ ਦੀ ਵਾਈਟ ਟੀ ਲੀਫਸ ਜਿਹੜੇ ਆ ਉਹ ਜਿਹੜਾ ਜਿੰਨਾਂ ਦੇ ਮੂੰਹ ਤੇ ਦਾਣੇ ਨਿਕਲਦੇ ਆ ਨਾ ਬੱਚਿਆਂ ਦੇ ਜਾਂ ਬੱਚਿਆਂ ਦੇ ਉਹ ਉਹਨਾਂ ਦੀ ਸਕਿਨ ਦੇ ਦਾਣਿਆਂ ਦੀ ਦਵਾਈ ਐ ਐਂਟੀ-ਇਨਫਲੇਮੇਟਰੀ ਐ ਅੱਛਾ ਜਿਦੇਖੋ ਕਿੰਨੇ ਫਾਇਦੇ ਨੇ ਚਾਹ ਦੇ ਜੀ ਅਗਰ ਲੈਣੇ ਸ਼ੁਰੂ ਕਰੀਏ ਤੇ ਐਂਟੀ ਐਕਨੀਆ ਐਂਟੀ 에ਜਿੰਗ ਐਂਟੀ ਰਿੰਕਲ ਐਂਟੀ ਇਨਫਲੇਮੇਟਰੀ ਐਂਟੀ ਆਕਸੀਡੈਂਟ ਤੁਹਾਡੇ ਜੋੜਾਂ ਦੇ ਦਰਦਾਂ ਵਾਸਤੇ ਬੜੀ ਅੱਛੀ ਹੈ ਅੱਛਾ ਜੇ ਤੁਸੀਂ ਇਸ ਤਰ੍ਹਾਂ ਪੀਓ ਕਾਲੀ ਚਾਹ ਕਰਕੇ ਤੁਹਾਡੇ weight loss ਲਈ ਬੜੀ ਅੱਛੀ ਹੈ ਤੁਹਾਨੂੰ ਪਤਾ ਹੈ weight loss ਵੀ ਕਰਦੀ ਹੈ ਚਾਹ ਇਹ ਵਾਲੀ ਜੜੀ ਆਖਰ ਤੇ ਅਪਾ ਡਿਸਕਸ ਕੀਤੀ ਅੱਛਾ ਬਲੈਕ ਟੀ ਇਹ ਦਿਨ ਚ ਕਿੰਨੀ ਕੁ ਵਾਰੀ ਇਕ ਅੱਧੀ ਅੱਧੀ ਪੀਤੀ ਜਾਏ ਬਸ ਕਦੋਂ ਐਨੀ ਟਾਈਮ ਆਫਟਰ ਬ੍ਰੇਕਫਾਸਟ ਐਂਡ ਬਿਫੋਰ ਡਿਨਰ ਐਨੀ ਟਾਈਮ ਐਨੀ ਟਾਈਮ ਦੇਨਰ ਤੋਂ ਵੀ ਕਹਿੰਦਾ ਦੋ ਕੰਡੇ ਪੈ। ਮੈਨੂੰ ਕਿਸੇ ਨੇ ਦੋ ਵਾਰੀ ਪੀਣੀ ਆ ਤੇ ਬਹੁਤਾਂ ਨੁਕਸਾਨ ਨਹੀਂ ਚਾਹੀ ਉਸ ਉਹਦੇ ਵਿੱਚ ਵਿੱਚ ਹੀ ਹੋਏ ਟਾਈਮ ਫਰੇਮ ਦੇ। ਦੋ ਵਾਰੀ ਨਾ ਪਿਓ। ਪੀਓ ਵੀ ਇੱਕ ਵਾਰੀ ਔਰ ਅੱਧਾ ਕੰਮ ਬਸ ਇੰਨਾ ਕ। ਮੈਂ ਤਾਂ ਕਿਹਾ ਸੀ ਮੈਂ ਸਵੇਰੇ ਪੀਤੀ ਤੁਸੀਂ ਮੈਨੂੰ ਦੂਜੀ ਵਾਰੀ ਪਿਆਉਂਦੀ। ਤੇ ਮੈਂ ਆਪ ਦੂਜੀ ਵਾਰੀ ਤੁਹਾਡੇ ਨਾਲ ਪੀਤੀ। ਔਰ ਤੁਸੀਂ ਪੀਤੇ ਵੀ ਉਹ ਚਾਹ ਚੜੇ ਦੋ ਪਹਾਟਾ ਰਹੇ। ਅੱਛਾ। ਪਹਿਲਾਂ ਸਾਨੂੰ ਆਪ ਲੱਗੂਗਾ ਨਾ ਬਣਾ ਡਾਕਟਰ ਸਾਹਿਬੇ। ਹਣਾ? ਫਿਰ ਅਸੀਂ ਬਾਕੀਆਂ ਦੇ ਵੀ ਗੱਲਾਂ ਅਗਲੀ ਵਾਰੀ ਦੱਸਣਾ ਨੈਕਸਟ ਟਾਈਮ ਨੈਕਸਟ ਟਾਈਮ ਤੁਸੀਂ ਤਾਂ ਆਪਾਂ ਜਿਹੜਾ ਨਾ ਸਰਫਾ ਕਰਕੇ ਆਵਾਂ ਅਗਲੀ ਵਾਰੀ ਹੁਣ ਤੁਸੀਂ ਸਾਡੇ ਲਈ ਉਹ ਚਾਹ ਲੈ ਕੇ ਆਉਣੀ ਹੈ ਜਿਹੜੀ ਅੱਜ ਤੁਸੀਂ ਸਾਨੂੰ ਦੱਸ ਕੇ ਚਲੇ ਹੋ ਠੀਕ ਹੈ ਜੀ ਤੁਸੀਂ ਪੀ ਲੈਣਾ ਆਦਤ ਬਣਾਓ ਚੰਗੀ ਚੀਜ਼ ਨੂੰ ਕੋਈ ਨਾ ਨਹੀਂ ਚੰਗੀ ਚੀਜ਼ ਨੂੰ ਕੋਈ ਨਾ ਨਹੀਂ ਹੁਣ ਆਪਾਂ ਡਾਕਟਰ ਸਾਹਿਬ ਸਮਾਂ ਸਾਡੇ ਜਾਣਦਾ ਹੋਗਾ ਜਾਂਦਾ ਜਾਂਦਾ ਕੋਈ ਹੋਰ ਗੱਲ ਸੁਣਾਉਣੀ ਆ ਤੇ ਫਿਰ ਸਾਨੂੰ ਸੁਣਾਓ ਜੇ ਕੋਈ ਚਾਹ ਦੇ ਵਿੱਚ ਜੋੜਨੀ ਰਹਿ ਗਈ ਤੇ ਇੱਕ ਅੱਡੇ ਮਿੰਟ ਚ ਮੁਕਾਦੀ ਆਪਾਂ ਜਿਹੜਾ ਬੰਦਾ ਦੇ ਅੰਦਰ ਕਾਮਯਾਬੀ ਨਾਲੋਂ ਨਕਾਮੀ ਦਾ ਖੌਫ ਜ਼ਿਆਦਾ ਹੈ ਉਹ ਬੰਦਾ ਕਦੀ ਕਾਮਯਾਬ ਨਹੀਂ ਹੁੰਦਾ ਤੁਸੀਂ ਆਪਣੇ ਅੰਦਰੋਂ ਨਕਾਮੀ ਦਾ ਫੀਅਰ ਜਿਹੜਾ ਖੌਫ ਹੈ ਉਹਨੂੰ ਬਾਹਰ ਕੱਢੋਗੇ ਤਾਂ ਤੁਹਾਨੂੰ ਕਾਮਯਾਬੀ ਮਿਲਣੀ ਹੈ ਬਹੁਤ ਸਾਰੇ ਲੋਕ ਹੈ ਉਹ ਕਹਿੰਦੇ ਨੇ ਮੈਂ ਦੌੜਾਂਗਾ ਤੇ ਮੈਂ ਦੌੜ ਕੇ ਹਾਰ ਜਾਵਾਂਗਾ ਜੇ ਤੁਹਾਨੂੰ ਜਿੱਤਣ ਦੀ ਚਾਹਤ ਘੱਟ ਹੈ ਤੇ ਨਕਾਮੀ ਦਾ ਡਰ ਜ਼ਿਆਦਾ ਤੁਸੀਂ ਕਦੇ ਜਿੱਤ ਨਹੀਂ ਸਕੋਗੇ ਕਿਆ ਤੇ ਜ਼ਿੰਦਗੀ ਚ ਨਹੀਂ ਜਿੱਤ ਸਕੋਗੇ ਜੇ ਚਿੱਤੋ ਕੇ ਵੀ ਤੇ ਤੁਹਾਡੀ ਉਹ ਸਕਸੈਸ ਅਰਜ਼ੀ ਹੋਏਗੀ ਤੁਹਾਡੀ ਉਹ ਜਿੱਤ ਅਰਜ਼ੀ ਹੋਏਗੀ ਆਪਣੇ ਅੰਦਰੋਂ ਨਾਕਾਮੀ ਦਾ ਖੋਫ ਕੱਢ ਕੇ ਫੇਰ ਦੌੜ ਲਾਣੀ ਸ਼ੁਰੂ ਕਰੋ ਬਿਲਕੁਲ ਤੁਸੀਂ ਸਮਝੋ ਕਿ ਜਿਤਨਾ ਤੁਸੀਂ ਹੀ ਹੈ ਫਿਰ ਜਿੱਤੋਗੇ ਕਿਆ ਬਾਤ ਬਹੁਤ ਸ਼ੁਕਰੀਆ ਰਟਸਪ ਧੰਨਵਾਦ ਤੁਹਾਡਾ ਅੱਜ ਲਈ ਬਹੁਤ ਬਹੁਤ ਤੇ ਬਹੁਤ ਗ੍ਰੇਟ ਲੈਸਨ ਕੀਤਾ ਥੈਂਕ ਯੂ ਸੋ ਮਚਸ ਸਟਿਕ ਰਹੀ ਟੇਕ ਕੇਅਰ ਸੋ ਇਸ ਸੰ ਡਾਕਟਰ ਮੁਹਤਾਜ਼ਾ ਤੇ ਅਜਿਹੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਮੈਨੂੰ ਜੋਗਰਾਜ ਸਿੰਘ ਕਲ ਨੂੰ ਦਿਵਾ ਗਿਆ ਤੁਸੀਂ ਦੇ ਇੱਕ ਤਰ੍ਹਾਂ ਪ੍ਰਾਇਮਰੀ ਸਿਹਤ ਟੀਵੀ ਤੁਹਾਡਾ ਆਪਣਾ ਤੁਹਾਡੇ ਦੀ ਸਤਿ ਸ਼੍ਰੀ ਅਕਾਲ